ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਤੁਹਾਨੂੰ ਆਪਣੇ ਖੇਤਾਂ ਦੀ ਸੈਰ ਕਰਾਵਾਂਗੇ। ਸਾਡੇ ਜੀਰੀ ਵੱਢਣ ਲੱਗੀ ਹੈ ਮਸ਼ੀਨ। ਦੇਖੋ, ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਮਸ਼ੀਨ ਦਿਖਾਉਂਦੇ ਹਾਂ। ਮਸ਼ੀਨ ਦੇ ਜਿਹੜੇ ਕਟਰ ਵਾਰ ਹੁੰਦਾ ਹੈ ਮੂਹਰੇ ਲੱਗਿਆ ਹੋਇਆ, ਉਹ ਲਾਉਣ ਲੱਗੇ ਹੋਏ ਨੇ। ਉਹਨੂੰ ਇੱਕ ਇਹ ਮਸ਼ੀਨ ਦਾ ਜਿਹੜਾ ਕਟਰ ਵਾਰ ਹੈ, ਇੱਕ ਟਰਾਲਾ ਲੈਦਾ ਹੁੰਦਾ ਹੈ ਇਸਦਾ, ਉਦੋਂ ਚੱਕ ਕੇ ਮਸ਼ੀਨ 'ਤੇ ਫਿਰ ਲਾਉਂਦੇ ਹੁੰਦੇ ਹੈ ਇਹਨੂੰ। ਇੱਧਰ ਟਰੈਕਟਰ ਟਰੈਲੀ ਵੀ ਤਿਆਰ ਖੜ੍ਹੇ ਨੇ ਜੀਰੀ ਪਵਾਉਣ ਲਈ। ਜਦੋਂ ਮਸ਼ੀਨ ਜੀਰੀ ਵੱਢੂਗੀ ਤਾਂ ਟਰੈਕਟਰ ਟਰੈਲੀ ਨੇੜੇ ਚਾਹੀਦਾ ਹੈ, ਕਿਉਂਕਿ ਫਿਰ ਉਹਦਾ ਟੈਂਕ ਭਰ ਜਾਂਦਾ ਹੈ, ਫਿਰ ਨਾਲ ਦੀ ਨਾਲ ਜੀਰੀ ਆਪਣੇ ਟਰੈਲੀ 'ਚ ਪਵਾਉਣੀ ਹੁੰਦੀ ਹੈ। ਅਤੇ ਇੱਧਰ ਆਪਣਾ ਮਸ਼ੀਨ ਵਾਲੇ ਕਟਰ ਵਾਰ ਨੂੰ ਲਾ ਰਹੇ ਨੇ, ਫਿੱਟ ਕਰ ਰਹੇ ਨੇ ਮਸ਼ੀਨ ਦੇ ਮੂਹਰੇ, ਅਤੇ ਫਿਰ ਇਹਦੇ ਨਾਲ ਆਪਣੀ ਜਿਹੜੀ ਜੀਰੀ ਆ ਉਹ ਵੱਢ ਹੋਊਗੀ। ਫਿਰ ਆਪਾਂ ਤੁਹਾਨੂੰ ਅੱਗੇ ਦਾ ਨਜ਼ਾਰਾ ਦਿਖਾਵਾਂਗੇ। ਸੋ ਫਰੈਂਡਸ, ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਜੇ ਤੁਹਾਨੂੰ ਮੇਰੀ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਤਾਂ ਮੈਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਅਤੇ ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ, ਨਾਲੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ। ਇੱਧਰ ਦੇਖੋ, ਮਸ਼ੀਨ ਵੀ ਜੀਰੀ ਵੱਢਣ ਲੱਗ ਗਈ, ਅਤੇ ਆਪਾਂ ਤੁਹਾਨੂੰ ਆਪਣੇ ਖੇਤਾਂ ਦਾ ਨਜ਼ਾਰਾ ਵੀ ਦਿਖਾਵਾਂਗੇ। ਸੋ ਫਰੈਂਡਸ, ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਦੇਖੋ, ਇੱਧਰ ਜਿਹੜਾ ਟਰੈਕਟਰ ਟਰੈਲੀ ਉਹ ਵੀ ਆਪਣਾ ਮਸ਼ੀਨ ਦੇ ਕੋਲ ਲੈ ਕੇ ਜਾ ਰਹੇ ਨੇ। Oh,
ਹੁਣ ਜਿਹੜੀ ਮਸ਼ੀਨ ਹੈ ਉਹ ਜੀਰੀ ਵੱਢ ਕੇ ਆ ਰਹੀ ਹੈ ਅਤੇ ਉਦਮ ਦੇ ਪਾਪਾ ਨੇ ਵੀ ਇੱਧਰ ਨੂੰ ਆ ਰਹੇ ਨੇ ਕਿਉਂਕਿ ਜਿਹੜੇ ਮਸ਼ੀਨ ਦਾ ਉਹ ਟੈਂਕ ਭਰ ਚੁੱਕਿਆ ਇਸ ਕਰਕੇ ਭੱਜੇ ਆ ਰਹੇ ਨੇ ਟਰੈਕਟਰ ਲੈ ਕੇ ਜਾਣਗੇ ਫਿਰ ਮਸ਼ੀਨ ਦੇ ਕੋਲ ਅਤੇ ਫਿਰ ਉਹਦੇ ਵਿੱਚ ਜੀਰੀ ਪਵਾਉਣਗੇ ਹੁਣ ਦਿਖਾਉਂਦੇ ਹਾਂ ਇੱਧਰ ਨੂੰ ਕਰਕੇ ਵੀ ਇਹ ਟਰੈਕਟਰ ਲੈਣ ਗਏ ਦੇਖੋ ਇੱਧਰ ਟਰੈਕਟਰ 'ਤੇ ਚੜ੍ਹ ਕੇ ਹੁਣ ਟਰੈਕਟਰ ਨੂੰ ਲੈ ਕੇ ਮਸ਼ੀਨ ਦੇ ਨਾਲ ਨਾਲ ਜਾਣਗੇ ਫਿਰ ਮਸ਼ੀਨ ਦੇ ਕੋਲ ਜਾ ਕੇ ਖੜ੍ਹਾ ਦੇਣਗੇ ਫਿਰ ਉਹ ਤੋਂ ਬਾਅਦ 'ਚ ਮਸ਼ੀਨ 'ਚ ਜੀਰੀ ਪਾਵਾਂਗੇ ਜਿਹੜੀ ਆਪਣੀ ਫਸਲ ਹੁੰਦੀ ਹੈ ਚਾਹੇ ਜੀਰੀ ਹੈ ਚਾਹੇ ਕਣਕ ਹੈ ਇਹ ਜਿਹੜੀ ਕਿਸਾਨ ਦੀ ਹੱਕ ਦੀ ਮਿਹਨਤ ਦੀ ਕਮਾਈ ਹੁੰਦੀ ਹੈ ਕਿਸਾਨ ਹੈ ਜਿਹੜਾ ਆਪਣੀ ਫਸਲ ਨੂੰ ਪੁੱਤਾਂ ਵਾਂਗੂ ਪਾਲਦਾ ਹੈ ਅਤੇ ਫਿਰ ਆਪਣਾ ਜਦੋਂ ਕਿਸਾਨ ਦੀ ਫਸਲ ਵੱਢ ਕੇ ਘਰ ਆ ਜਾਂਦੀ ਹੈ ਸਾਰੇ ਖੁਸ਼ ਹੁੰਦੇ ਨੇ ਕਿਸਾਨ ਵੀ ਬਹੁਤ ਖੁਸ਼ ਹੁੰਦੇ ਨੇ ਅਤੇ ਜਦੋਂ ਆਪਣਾ ਮੀਂਹ ਹਨੇਰੀਆਂ ਚੱਲਦੀਆਂ ਨੇ ਉਦੋਂ ਜਿਹੜੀ ਕਿਸਾਨ ਨੂੰ ਬਹੁਤ ਇਹ ਹੁੰਦਾ ਹੈ ਵੀ ਸਾਡੀ ਫਸਲ ਖਰਾਬ ਹੋ ਜਾਵੇ ਸਭ ਨੂੰ ਛੇਤੀ ਛੇਤੀ ਲੱਗ ਜਾਂਦੀ ਵੀ ਆਪਣੀ ਫਸਲ ਫਟਾਫਟ ਚੱਕ ਲਓ ਕਿਉਂਕਿ ਰੱਬ ਦੀ ਮਾਰ ਵੀ ਬਹੁਤ ਮਾੜੀ ਪੈਂਦੀ ਹੈ ਕਿਸਾਨ 'ਤੇ ਤਾਂ ਜਦੋਂ ਮੀਂਹ ਹਨੇਰੀਆਂ ਚੱਲਦੀਆਂ ਨੇ ਬਹੁਤ ਨੁਕਸਾਨ ਹੁੰਦਾ ਹੈ ਕਿਸਾਨ ਵੀਰਾਂ ਦਾ ਮੇਰਿਆਂ ਦਾ ਕਾਫੀਆਂ ਦਾ ਇਸ ਕਰਕੇ ਆਪਣਾ ਸਭ ਨੂੰ ਜਲਦੀ ਤੋਂ ਜਲਦੀ ਆਪਣੀ ਫਸਲ ਜਿਹੜੀ ਕੱਟ ਲੈਣੀ ਚਾਹੀਦੀ ਹੈ ਅਤੇ ਕਿਸਾਨ ਬਹੁਤ ਖੁਸ਼ ਹੁੰਦੇ ਨੇ ਜਦੋਂ ਉਹਨਾਂ ਦੀ ਜੀਰੀ ਵੱਢ ਕੇ ਘਰ ਆਉਂਦੀ ਹੈ ਕਣਕ ਵੱਢ ਕੇ ਘਰ ਆਉਂਦੀ ਹੈ ਸਾਰੇ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਕਿਉਂਕਿ ਇਹ ਕਿਸਾਨ ਦੀ ਹੱਕ ਦੀ ਮਿਹਨਤ ਦੀ ਕਮਾਈ ਹੁੰਦੀ ਹੈ ਸੋ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓਸ ਪਸੰਦ ਆਉਂਦੀਆਂ ਤਾਂ ਪਲੀਜ਼ ਮੈਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਮੇਰੀ ਅਗਲੀ ਵੀਡੀਓ ਤੁਹਾਡੇ ਕੋਲ ਜਲਦ ਤੋਂ ਜਲਦ ਪਹੁੰਚ ਸਕੇ ਅਤੇ ਫਿਰ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਕਿ ਤੁਹਾਨੂੰ ਮੇਰੀ ਵੀਡੀਓਸ ਕਿਵੇਂ ਲੱਗਦੀਆਂ ਨੇ ਅਤੇ ਮੈਨੂੰ ਦੱਸਿਆ ਕਰੋ ਜ਼ਰੂਰ ਸਾਡੀ ਤਾਂ ਜੀਰੀ ਵੱਢ ਗਈ ਜੀ ਅਤੇ ਵੱਢ ਕੇ ਘਰ ਆ ਗਈ ਫਿਰ ਆਪਾਂ ਮੰਡੀ ਵਿੱਚ ਲੈ ਕੇ ਜਾਵਾਂਗੇ ਦੇਖੋ ਟਰੈਕਟਰ ਆ ਰਿਹਾ ਆਪਾਂ ਮੰਡੀ ਵਿੱਚ ਜੀਰੀ ਫਿਰ ਸਵੇਰ ਨੂੰ ਲੈ ਕੇ ਜਾਵਾਂਗੇ ਅਤੇ ਟਰਾਲੀਆਂ ਆਪਣੀਆਂ ਘਰ ਆ ਰਹੀਆਂ ਨੇ ਹੁਣ ਜੀਰੀ ਦੀਆਂ ਵੱਢ ਕੇ ਚਲੋ ਜੀ ਹੁਣ ਸਵੇਰ ਹੋ ਗਈ ਹੁਣ ਆਪਾਂ ਜਿਹੜੀ ਜੀਰੀ ਵੱਢੀ ਹੈ ਉਹ ਆਪਾਂ ਹੁਣ ਮੰਡੀ ਵਿੱਚ ਲੈ ਕੇ ਜਾਵਾਂਗੇ ਅਤੇ ਮੰਡੀ ਵਿੱਚ ਵੇਚ ਕੇ ਆਵਾਂਗੇ ਫਿਰ
ਇਹ ਹੁਣ ਆਪਾਂ ਘਰ ਤੋਂ ਸਵੇਰੇ ਸਵੇਰੇ ਜਿਹੜੀ ਜੀਰੀ ਹੈ ਵਾਢਾ ਆ ਕੇ ਇੱਕ ਦਿਨ ਪਹਿਲਾਂ ਖੜਾ ਲੈਂਦੇ ਹਾਂ ਟਰਾਲੀਆਂ, ਅਤੇ ਫਿਰ ਦੂਜੇ ਦਿਨ ਸਵੇਰੇ ਸਵੇਰੇ ਲੈ ਕੇ ਜਾਂਦੇ ਹੁੰਦੇ ਸੱਜਰੇ ਸੱਜਰੇ, ਅਤੇ ਜਿਹੜੀ ਜੀਰੀ ਆ ਉਹ ਆਪਣੀ ਜਲਦੀ ਵਿਕ ਜਾਵੇ, ਨਹੀਂ ਤਾਂ ਫਿਰ ਸਾਰ ਦਿਨ ਉੱਥੇ ਹੀ ਹੈਰਾਨ ਹੋਣਾ ਪੈਂਦਾ ਹੈ। ਇਸ ਕਰਕੇ ਆਪਾਂ ਸਵੇਰੇ ਸਵੇਰੇ ਜੀਰੀ ਲੈ ਟਾਈਮ ਜ਼ੀਰੋ ਪਹਿਲਾਂ ਚੱਲ ਫਿਰ ਤਾਂ ਠੀਕ ਹੈ।